ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਲਾਲ ਬਟਨ ਦੇ ਕਰਕੇ ਕਲਿੱਕ, ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਅਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮੱਚ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਹਲ ਤਵੀਆਂ, ਟਰੈਕਟਰ ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ, ਕਾਰ ਜੀਪ ਗੱਡੀ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਵੀ ਉਹਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਇੱਕ ਰਿਕੁਐਸਟ ਹੈ ਵੀਰੇ, ਜੇ ਕੋਈ ਮੇਰਾ ਵੀਰ ਐਡ ਕਰਵਾਉਣੀ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਤੇ ਸਹੀ ਜਾਣਕਾਰੀ ਦਿਓ ਵੀਰੇ। ਥੈਂਕ ਯੂ। ਸੋ ਵੀਰੇ, ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ, ਮੈਸੇਜ ਆਉਂਦੇ ਆ, ਕਮੈਂਟਸ ਆਉਂਦੇ ਨੇ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਗਿਆ। ਸੋ ਉਸਦੇ ਰਿਗਾਰਡਿੰਗ ਦੱਸਣ ਲੱਗੇ ਵੀਰੇ, ਜੋ ਕਿ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਉਹ ਸਿਰਫ ਮਾਲਕ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ, ਜੋ ਪ੍ਰਾਈਜ਼ ਮੌਕੇ ਦੇ ਘੱਟ ਹੋਵੇਗਾ ਮੌਕੇ ਦੇ ਡਿਸਕਾਊਂਟ ਕਰਨਗੇ ਵੀਰ। ਸੋ ਜੇ ਕੋਈ ਮੇਰਾ ਵੀਰ ਚੀਜ਼ ਖਰੀਦਣ ਦਾ ਚਾਹਵਾਨ ਹੈ, ਮਾਲਕ ਵੀਰਾਂ ਨਾਲ ਫੋਨ ਤੇ ਕਨੈਕਟ ਕਰਕੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਸੈੱਟ ਕਰਕੇ ਚੀਜ਼ ਤੁਸੀਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਸੋ ਵੀਰੇ, ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ, 6 ਗੱਡੀਆਂ ਨੇ ਵੀਰੇ। ਗੱਡੀਆਂ ਦੇ ਵਿੱਚ ਆਪਣੇ ਕੋਲ ਮਰੂਤੀ ਜਿੰਨ ਗੱਡੀ ਹੈ ਡੀਜ਼ਲ ਵਰਜਨ ਦੇ ਵਿੱਚ, ਟਾਟਾ ਸਫਾਰੀ ਗੱਡੀ ਹੈ, ਸਕੋਡਾ ਓਕਟੀਵੀਆ ਗੱਡੀ ਹੈ, ਟੋਇਟਾ ਈਟੀਓਸ ਗੱਡੀ ਹੈ, ਹੁੰਡਾਏ ਵਰਨਾ ਗੱਡੀ ਹੈ ਤੇ ਮਹਿੰਦਰਾ ਬਲੈਰੋ ਗੱਡੀ ਹੈ। ਇਹ 6 ਗੱਡੀਆਂ ਨੇ ਵੀਰੇ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਹਾਂ ਮਰੂਤੀ ਜਿੰਨ ਬਾਰੇ। ਮਰੂਤੀ ਜਿੰਨ ਵੀਰੇ ਡੀਜ਼ਲ ਵਰਜਨ ਦੇ ਵਿੱਚ ਗੱਡੀ ਹੈ, 2005 ਮਾਡਲ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜੋ ਟਾਇਰ ਨੇ, ਫਰੰਟ ਵਾਲੇ ਟਾਇਰ 70-75 ਪੈਸੇ ਨੇ ਵੀਰੇ, ਬੈਕ ਵਾਲੇ ਟਾਇਰ 40-45 ਪੈਸੇ ਨੇ। ਬੇਦਾਗ ਸਾਫ ਸੁਥਰੇ ਵਧੀਆ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਅਲੋਏ ਵੀ ਲੱਗੇ ਨੇ, ਬਿਲਕੁਲ ਓਕੇ ਕੰਡੀਸ਼ਨ ਹੈ। ਬੰਪਰ ਪੇਂਟ ਨੇ ਵੀਰੇ, ਬਾਕੀ ਹਲਕੀ ਫੁਲਕੀ ਟੱਚਿੰਗ ਹੈ, ਕੋਈ ਮੇਜਰ ਐਕਸੀਡੈਂਟ ਨਹੀਂ, ਗੱਡੀ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ, ਓਰਿਜਨਲ ਰੰਗ ਪੇਂਟ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ, ਸਰਵਿਸ ਵਗੈਰਾ ਡਨ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਓਵਰਆਲ ਕੰਡੀਸ਼ਨ ਬਿਲਕੁਲ ਓਕੇ ਹੈ। ਹਰਿਆਣਾ ਨੰਬਰ ਗੱਡੀ ਹੈ ਵੀਰੇ, ਐਫੀਡੇਵਿਟ ਵਗੈਰਾ ਵੀਰ ਕਟਵਾ ਕੇ ਦੇਣਗੇ, ਬਾਕੀ ਪੇਪਰ ਓਵਰਆਲ ਕੰਪਲੀਟ ਨੇ। ਏਰੀਆ ਵੀਰੇ ਬਠਿੰਡਾ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ 65,000 ਰੁਪਿਆ, ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ, ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇਹਨੂੰ ਟਾਟਾ ਸਫਾਰੀ ਦਿਖਾ ਰਹੇ ਹਾਂ। ਟਾਟਾ ਸਫਾਰੀ ਵੀਰੇ 2007 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਜੈੱਡ ਬਲੈਕ ਕਲਰ ਦੇ ਵਿੱਚ ਸਫਾਰੀ ਹੈ ਵੀਰੇ, ਬਿਲਕੁਲ ਏ ਕਲਾਸ ਕੰਡੀਸ਼ਨ ਹੈ। ਗੱਡੀ ਦੇ ਜੋ ਟਾਇਰ ਨੇ, 90 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਅਲੋਏ ਵੀ ਲੱਗੇ ਨੇ ਵੀਰੇ, ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ, ਹਲਕੇ ਫੁਲਕੇ ਮਾਈਨਰ ਸਕਰੈਚਸ ਨੇ, ਬਾਕੀ ਕੋਈ ਮੇਜਰ ਐਕਸੀਡੈਂਟ ਨਹੀਂ, ਕੋਈ ਡੈਮੇਜ ਨਹੀਂ, ਬਿਲਕੁਲ ਓਕੇ ਕੰਡੀਸ਼ਨ ਹੈ। 90,000 ਕਿਲੋਮੀਟਰ ਗੱਡੀ ਚੱਲੀ ਵੀ ਹੈ, ਓਰਿਜਨਲ ਚੱਲੀ ਗੱਡੀ ਹੈ ਵੀਰੇ, ਸਰਵਿਸ ਵਗੈਰਾ ਡਨ ਹੈ, ਸੀਲਡ ਇੰਜਨ ਗੇਅਰ ਹੈ, ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਹੈ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਓਵਰਆਲ ਕੰਡੀਸ਼ਨ ਬਿਲਕੁਲ ਓਕੇ ਹੈ। ਪੰਜਾਬ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਤਰਨ ਤਾਰਨ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ 1,55,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਸਕੋਡਾ ਓਕਟੀਵੀਆ ਗੱਡੀ ਦਿਖਾ ਰਹੇ ਹਾਂ। ਸਕੋਡਾ ਓਕਟੀਵੀਆ ਵੀਰੇ 2007 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਗੱਡੀ ਦੇ ਜੋ ਟਾਇਰ ਨੇ, 90 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ ਵੀਰੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਪਿਆ, ਹਲਕੇ ਫੁਲਕੇ ਮਾਈਨਰ ਸਕਰੈਚਸ ਨੇ, ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ, ਸਰਵਿਸ ਵਗੈਰਾ ਹੋਈ ਵੀ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ, ਚਲਾ ਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ, ਵਧੀਆ ਸਮੂਥ ਚੱਲਦੀ ਹੈ, ਸਾਰੇ ਫੀਚਰ ਵਰਕਿੰਗ ਨੇ ਵੀਰੇ, ਵਧੀਆ ਟੌਪ ਕਲਾਸ ਦੀ ਕੰਡੀਸ਼ਨ ਹੈ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ।
ਵਧੀਆ ਸਮੂਥ ਚੱਲਦੀ ਹੈ। ਪੰਜਾਬ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ। ਏਰੀਆ ਵੀਰੇ ਬਾਬਾ ਬਕਾਲਾ ਏਰੀਆ ਵੀਰਾਂ ਦਾ, ਉੱਥੇ ਲਾਗੇ ਪਿੰਡ ਹੈ। ਗੱਡੀ ਦੀ ਡਿਮਾਂਡ ਰੱਖੀ ਗਈ 1,50,000 ਰੁਪਇਆ। ਬਾਕੀ ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਟੋਇਟਾ ETS ਗੱਡੀ ਦਿਖਾ ਰਹੇ ਹਾਂ। ਟੋਇਟਾ ETS ਜੀ ਦੀ ਗੱਡੀ ਹੈ ਵੀਰੇ, 2015 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜੋ ਟਾਇਰ ਨੇ 90-95 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਨਵੇਂ ਟਾਇਰ ਨੇ, ਪੂਰੀ ਏ ਕਲਾਸ ਕੰਡੀਸ਼ਨ ਹੈ। 95,000 ਕਿਲੋਮੀਟਰ ਗੱਡੀ ਚੱਲੀ ਵੀ ਹੈ ਵੀਰੇ, ਓਰਿਜਨਲ ਚੱਲੀ ਗੱਡੀ ਹੈ। ਵਿੰਡੋਜ਼ ਪੇਂਟ ਨੇ ਗੱਡੀ ਦੀਆਂ, ਬਾਕੀ ਕੋਈ ਮੇਜਰ ਐਕਸੀਡੈਂਟ ਨਹੀਂ, ਬਿਲਕੁਲ ਓਕੇ ਕੰਡੀਸ਼ਨ ਹੈ। ਸੀਲਡ ਇੰਜਨ ਗੇਅਰ ਹੈ, ਸਰਵਿਸ ਵਗੈਰਾ ਡਨ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ। ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਮਾਲਕ ਵੀ ਇਹਨਾਂ ਵੱਲੋਂ ਫੁੱਲ ਗਰੰਟੀ ਹੈ, ਕੋਈ ਕਮੀ ਪੇਸ਼ੀ ਨਹੀਂ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਸਾਰੇ ਓਰਿਜਨਲ ਪਾਰਟਸ ਨੇ ਵੀਰੇ, ਕੋਈ ਪਾਰਟ ਚੇਂਜ ਨਹੀਂ ਹੋਇਆ ਗੱਡੀ ਦਾ, ਬਿਲਕੁਲ ਓਕੇ ਕੰਡੀਸ਼ਨ ਹੈ, ਕੋਈ ਕਮੀ ਪੇਸ਼ੀ ਨਹੀਂ ਵੀਰੇ। ਹਰਿਆਣਾ ਨੰਬਰ ਗੱਡੀ ਹੈ, NOC ਵਗੈਰਾ ਵੀਰ ਕਟਵਾ ਕੇ ਦੇਣਗੇ, ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ। ਏਰੀਆ ਵੀਰੇ ਸੰਗਰੂਰ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਦੀ ਡਿਮਾਂਡ ਰੱਖੀ ਗਈ ਹੈ 4,10,000 ਰੁਪਇਆ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ। ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇਹਨੂੰ ਹੁੰਡਾਏ ਵਰਨਾ ਗੱਡੀ ਦਿਖਾ ਰਹੇ ਹਾਂ। ਹੁੰਡਾਏ ਵਰਨਾ ਵੀਰੇ 2011 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਗੱਡੀ ਦੇ ਉਹ ਟਾਇਰ ਨੇ 60-70 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀਲ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਅਲੋਏ ਵੀਲ ਲੱਗੇ ਨੇ ਵੀਰੇ। ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ, ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਸੀਲਡ ਇੰਜਨ ਗੇਅਰ ਹੈ, ਸਰਵਿਸ ਵਗੈਰਾ ਹੋਈ ਵੀ ਹੈ, ਚਲਾ ਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੋਪ ਕਲਾਸ ਦੇ ਨਵੇਂ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਕੋਈ ਕਮੀ ਪੇਸ਼ੀ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਦਿੱਲੀ ਨੰਬਰ ਗੱਡੀ ਹੈ ਵੀਰੇ, NOC ਵਗੈਰਾ ਵੀਰ ਕਟਵਾ ਕੇ ਦੇਣਗੇ, ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ। ਏਰੀਆ ਵੀਰੇ ਸੁਨਾਮ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਦੀ ਡਿਮਾਂਡ ਰੱਖੀ ਗਈ ਹੈ 3,50,000 ਰੁਪਇਆ। ਨਾਲ ਹੀ ਵੀਰੇ ਜੇ ਕੋਈ ਮੇਰਾ ਵੀਰ ਬਲੈਰੋ ਕੈਂਪਰ ਦੇ ਨਾਲ ਵੀਰਾਂ ਨਾਲ ਐਕਸਚੇਂਜ ਕਰਨੇ ਚਾਹੁੰਦਾ ਗੱਡੀ, ਤਾਂ ਬਲੈਰੋ ਕੈਂਪਰ ਗੱਡੀ ਦੇ ਨਾਲ ਵਰਨਾ ਐਕਸਚੇਂਜ ਕਰ ਲੈਣਗੇ। ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਕੇ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਹਿੰਦਰਾ ਬਲੈਰੋ ਗੱਡੀ ਦਿਖਾ ਰਹੇ ਹਾਂ। ਮਹਿੰਦਰਾ ਬਲੈਰੋ ਵੀਰੇ 2012 ਮਾਡਲ ਗੱਡੀ ਹੈ, SLX ਵਰਜਨ ਹੈ, ਵਧੀਆ ਟੋਪ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ। ਗੱਡੀ ਦੇ ਟਾਇਰ ਨੇ 70-80 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਬਿਲਕੁਲ ਟੋਪ ਕਲਾਸ ਕੰਡੀਸ਼ਨ ਹੈ। 65,000 ਕਿਲੋਮੀਟਰ ਗੱਡੀ ਚੱਲੀ ਵੀ ਹੈ ਵੀਰੇ, ਓਰਿਜਨਲ ਚੱਲੀ ਗੱਡੀ ਹੈ, ਸੀਲਡ ਇੰਜਨ ਗੇਅਰ ਹੈ, ਸਰਵਿਸ ਵਗੈਰਾ ਸਭ ਡਨ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਗੱਡੀ ਦੀ, ਬਿਲਕੁਲ ਓਕੇ ਕੰਡੀਸ਼ਨ ਹੈ। ਵਧੀਆ ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਓਵਰਆਲ ਕੰਡੀਸ਼ਨ ਬਿਲਕੁਲ ਓਕੇ ਹੈ, ਵਧੀਆ ਓਰਿਜਨਲ ਬੰਪਰ ਟੂ ਬੰਪਰ ਰੰਗ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵਧੀਆ ਸਾਫ਼ ਸੁਥਰੀ ਬਾਡੀ ਚਾਸੀ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ। ਪੰਜਾਬ ਨੰਬਰ ਗੱਡੀ ਹੈ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਬਠਿੰਡਾ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਦੀ ਡਿਮਾਂਡ ਰੱਖੀ ਗਈ 4,15,000 ਰੁਪਇਆ। ਬਾਕੀ ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ। ਅਤੇ ਜਿਹੜੇ ਵੀਰਾਂ ਨੇ ਹਾਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਵੀਰਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਵੀਰੇ, ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ। ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ, ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ, ਅਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੇ। ਸੋ ਉਮੀਦ ਕਰਦੇ ਜੁੜੇ ਰਹੋਗੇ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਸੋ ਇੱਕ ਰਿਕੁਐਸਟ ਹੁਣ ਆਪਣੀ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ,
ਸੋ ਪਲੀਜ਼ ਵੀਰੇ ਰਿਕੁਐਸਟ ਹੈ, ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਰੇਟ ਬਾਰੇ। ਇੱਕ ਤਾਂ ਵੀਰੇ ਰੇਟ ਦਾ ਧਿਆਨ ਰੱਖੋ, ਜਦੋਂ ਵੀ ਤੁਸੀਂ ਚੀਜ਼ ਦੀ ਐਡ ਕਰਵਾਉਣੀ ਹੈ ਤਾਂ ਉਸਦਾ ਪ੍ਰਾਈਸ ਵਗੈਰਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਰੱਖੋ ਤਾਂ ਜੋ ਤੁਹਾਡੀ ਚੀਜ਼ ਵੀਰੇ ਹੱਥੋਂ ਹੱਥੀ ਘਰੋਂ ਸੇਲ ਹੋ ਸਕੇ। ਨੰਬਰ 2 ਵੀਰੇ, ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਵੀ ਕਈ ਮੇਰੇ ਵੀਰ ਫੇਕ ਜਾਣਕਾਰੀਆਂ ਦੇ ਕੇ ਐਡ ਕਰਵਾ ਲੈਂਦੇ ਨੇ, ਜਿੱਦਾਂ ਕਿ ਐਕਸੀਡੈਂਟਲ ਜਾਂ ਡੈਮੇਜ ਗੱਡੀਆਂ ਨੂੰ ਓਰਿਜਨਲ ਦੱਸ ਕੇ ਐਡ ਕਰਵਾ ਲੈਂਦੇ ਨੇ ਵੀਰੇ। ਜਦੋਂ ਕੋਈ ਵੀਰ ਖਰੀਦਣ ਲਈ ਉਹਨਾਂ ਕੋਲ ਵਿਜ਼ਿਟ ਕਰਦਾ ਹੈ ਤਾਂ ਗੱਡੀ ਦੀ ਕੰਡੀਸ਼ਨ ਬਿਲਕੁਲ ਉਲਟ ਹੁੰਦੀ ਹੈ ਆਪਣੀ ਇਨਫੋਰਮੇਸ਼ਨ ਦੇ। ਸੋ ਇਸ ਕਰਕੇ ਵੀਰੇ ਸਹੀ ਜਾਣਕਾਰੀ ਦਿਓ, ਜੇ ਕੋਈ ਤੁਹਾਡੀ ਚੀਜ਼ ਐਕਸੀਡੈਂਟਡ ਆ ਜਾਂ ਕੋਈ ਡੈਮੇਜ ਆ ਜਾਂ ਦੁਬਾਰਾ ਪੇਂਟ ਹੋਈ ਹੈ ਤਾਂ ਉਸਦੇ ਬਾਰੇ ਜ਼ਰੂਰ ਦੱਸੋ ਤਾਂ ਜੋ ਆਪਾਂ ਵਧੀਆ ਤਰੀਕੇ ਨਾਲ ਐਕਸਪਲੇਨ ਕਰਕੇ ਅੱਗੇ ਜਾਣਕਾਰੀ ਦੇ ਸਕੀਏ, ਤਾਂ ਜੋ ਖਰੀਦਣ ਵਾਲੇ ਵੀਰਾਂ ਨੂੰ ਕੋਈ ਵੀਰੇ ਡਬਲ ਮਾਈਂਡ ਹੋ ਕੇ ਜਾਂ ਉਹਨਾਂ ਨੂੰ ਕੋਈ ਗਲਤ ਫਹਿਮੀ ਨਾ ਲੱਗੇ। ਸੋ ਉਮੀਦ ਕਰਦੇ ਇਸ ਚੀਜ਼ ਦੇ ਉੱਤੇ ਵੀ ਜ਼ਰੂਰ ਗੌਰ ਕਰੋਗੇ। ਸਹੀ ਕਨੈਕਟ ਨੰਬਰ ਵਗੈਰਾ ਦਿਆ ਕਰੋ ਵੀਰੇ, ਸਹੀ ਲੋਕੇਸ਼ਨ ਵਗੈਰਾ ਦੱਸਿਆ ਕਰੋ ਤਾਂ ਜੋ ਤੁਹਾਡੀਆਂ ਚੀਜ਼ਾਂ ਬਿਨਾਂ ਕਿਸੇ ਕਮਿਸ਼ਨ ਤੋਂ ਹੱਥੋਂ ਹੱਥੀ ਘਰੋਂ ਸੇਲ ਹੋ ਰਹੀਆਂ, ਉਸ ਚੀਜ਼ ਦਾ ਸਾਰੇ ਵੀਰਾਂ ਨੂੰ ਫਾਇਦਾ ਹੋ ਸਕੇ ਅਤੇ ਆਪਣੇ ਚੈਨਲ 'ਤੇ ਵੀ ਉਸ ਚੀਜ਼ ਦਾ ਚੰਗਾ ਪ੍ਰਭਾਵ ਪੈ ਸਕੇ। ਸੋ ਉਮੀਦ ਕਰਦੇ ਇਸ ਦੇ ਨਾਲ ਜ਼ਰੂਰ ਗੌਰ ਕਰੋਗੇ, ਸਪੋਰਟ ਕਰੋਗੇ, ਸਾਥ ਦਿਓਗੇ ਅਤੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ। ਥੈਂਕ ਯੂ ਵੈਰੀ ਮੱਚ ਵੀਰੇ।